ਪੁਲਿਸ ਮੁਲਾਜ਼ਮ ਦੇ ਉੱਤੇ ਹਮਲਾ ਹੋਇਆ ਹੈ ਤੇ ਇਹ ਪੁਲਿਸ ਮੁਲਾਜ਼ਮ ਮਹਿਲਾ SHO ਸੀ। ਸਵਾਲ ਉਦੋਂ ਖੜੇ ਹੁੰਦੇ ਨੇ ਜਦੋਂ ਪੁਲਿਸ ਵਾਲੇ ਹੀ ਸੁਰੱਖਿਅਤ ਨਹੀਂ। ਨਾਕੇ ਦੇ ਉੱਤੇ ਖੜੇ SHO ਦੇ ਉੱਤੇ ਹਮਲਾ ਹੋ ਜਾਵੇ, ਉਹ ਵੀ ਤੇਜ਼ ਧਾਰ ਹਥਿਆਰਾਂ ਦੇ ਨਾਲ, ਦਾਤਰਾਂ ਦੇ ਨਾਲ, ਤਾਂ ਉਦੋਂ ਪੁਲਿਸ ਪ੍ਰਸ਼ਾਸਨ ਦੀ, ਆਮ ਲੋਕਾਂ ਦੀ, ਕਾਨੂੰਨ ਦੇ ਪ੍ਰਤੀ ਜਿੰਨੀ ਇੱਕ ਪਹੁੰਚ ਹੈ, ਉਹ ਸਾਰੇ ਕੁਝ ਕਾਰਗੁਜ਼ਾਰੀ ਜਿਹੜੀ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦੀ। ਲੋਕ ਆਪਸ ਦੇ ਵਿੱਚ ਲੜਾਈ ਝਗੜਾ ਕਰ ਰਹੇ ਨੇ ਅਤੇ ਜਦੋਂ SHO ਅਮਨਜੋਤ ਕੌਰ ਉੱਥੇ ਆਪਣੀ ਟੀਮ ਦੇ ਨਾਲ ਪਹੁੰਚਦੀ ਆ ਤਾਂ ਉਹ ਲੋਕ ਜੋ ਨਸ਼ੇ ਦੀ ਹਾਲਤ ਵਿੱਚ ਦੱਸੇ ਗਏ ਨੇ ਉਹ ਪੂਰੀ ਪਾਰਟੀ ਦੇ ਉੱਤੇ ਹਮਲਾ ਕਰ ਦਿੰਦੇ ਨੇ। ਕੀ ਕਾਰਨ ਹੋ ਸਕਦੇ ਨੇ? ਕੀ SHO ਨੇ ਜਾ ਕੇ ਕੋਈ ਜ਼ਿਆਦਾ ਉੱਚੀ ਆਵਾਜ਼ ਦੇ ਵਿੱਚ ਗੱਲ ਕੀਤੀ ਜਾਂ ਫਿਰ ਪੁਲਿਸ ਪਾਰਟੀ ਨੇ ਜਾ ਕੇ ਵਿੱਚ ਕੋਈ ਆਪ ਆਪਣਾ ਦਖਲ ਦਿੱਤਾ, ਵਿਗੜੇ ਹੋਏ ਲੋਕ ਨੇ ਉਹਨਾਂ ਨੇ ਹਮਲਾ ਕਰ ਦਿੱਤਾ। ਅੰਮ੍ਰਿਤਸਰ ਦੇ ਵਿੱਚੋਂ ਇੱਕ ਖਬਰ ਅੱਜ ਸਾਹਮਣੇ ਆਈ ਹੈ, ਪੁਲਿਸ ਮੁਲਾਜ਼ਮ ਦੇ ਉੱਤੇ ਹਮਲਾ ਹੋਇਆ ਹੈ ਅਤੇ ਇਹ ਪੁਲਿਸ ਮੁਲਾਜ਼ਮ ਮਹਿਲਾ SHO ਸੀ। ਸੋ ਇਹ ਵੀ ਅੱਜ ਕੱਲ੍ਹ ਵੇਖਿਆ ਜਾ ਰਿਹਾ ਕਿ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਵੀ ਸੁਰੱਖਿਅਤ ਨਹੀਂ ਮੰਨੇ ਜਾ ਰਹੇ। ਜੀ ਬਿਲਕੁਲ ਸਿਮਰਨ, ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਾਡੀ ਸੁਰੱਖਿਆ ਕਰੇ, ਆਮ ਲੋਕਾਂ ਦੀ ਸੁਰੱਖਿਆ ਕਰੇ, ਪਰ ਸਵਾਲ ਉਦੋਂ ਖੜੇ ਹੁੰਦੇ ਨੇ ਜਦੋਂ ਪੁਲਿਸ ਵਾਲੇ ਹੀ ਸੁਰੱਖਿਅਤ ਨਹੀਂ। ਅਤੇ ਅੱਜ ਕੱਲ੍ਹ ਲੋਕ, ਤੁਸੀਂ ਅਕਸਰ ਦੇਖਿਆ ਹੋਣਾ, ਕਿਤੇ ਲੜਾਈ ਝਗੜਾ ਹੋ ਜਾਵੇ, ਕਿਤੇ ਕੋਈ ਹਾਦਸਾ ਵਾਪਰ ਜਾਵੇ ਜਾਂ ਕਿਸੇ ਨਾਲ ਕੋਈ ਕਹਾ ਸੁਣੀ ਹੋ ਜਾਵੇ ਤਾਂ ਹਰ ਬੰਦਾ ਕਿਸੇ ਨਾ ਕਿਸੇ ਦਾ ਡਰਾਵਾ ਜ਼ਰੂਰ ਦਿੰਦਾ ਹੈ ਵੀ ਮੈਨੂੰ ਫਲਾਣਾ ਲੀਡਰ ਜਾਣਦਾ ਹੈ, ਫਲਾਣਾ ਮੈਨੂੰ ਅਫਸਰ ਜਾਣਦਾ ਹੈ। ਪਰ ਇਸ ਸਭ ਦੇ ਬਾਵਜੂਦ ਜਦੋਂ ਨਾਕੇ ਦੇ ਉੱਤੇ ਖੜੇ SHO ਦੇ ਉੱਤੇ ਹਮਲਾ ਹੋ ਜਾਵੇ, ਉਹ ਵੀ ਤੇਜ਼ ਧਾਰ ਹਥਿਆਰਾਂ ਦੇ ਨਾਲ, ਦਾਤਰਾਂ ਦੇ ਨਾਲ, ਤਾਂ ਉਦੋਂ ਪੁਲਿਸ ਪ੍ਰਸ਼ਾਸਨ ਦੀ, ਆਮ ਲੋਕਾਂ ਦੀ, ਕਾਨੂੰਨ ਦੇ ਪ੍ਰਤੀ ਜਿੰਨੀ ਕੁ ਪਹੁੰਚ ਹੈ, ਉਹ ਸਾਰੇ ਕੁਝ ਕਾਰਗੁਜ਼ਾਰੀ ਜਿਹੜੀ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ। ਬਿਲਕੁਲ। ਇਸ SHO ਦਾ ਨਾਮ ਹੈ ਅਮਨਜੋਤ ਕੌਰ, ਵੇਰਕਾ ਥਾਣੇ ਦੇ ਵਿੱਚ, ਅੰਮ੍ਰਿਤਸਰ ਦੇ ਨਜ਼ਦੀਕ ਹੈ ਵੇਰਕਾ, ਉੱਥੇ ਇਹ SHO ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਪਿੰਡ ਮੂਦਲ ਆ ਇੱਕ, ਮੂਦਲ ਦੇ ਕੋਲ ਨਾਕਾ ਲੱਗਿਆ ਹੋਇਆ ਸੀ, ਦੇਰ ਰਾਤ ਦੀ ਗੱਲ ਹੈ, ਅਤੇ ਸੂਚਨਾ ਮਿਲਦੀ ਹੈ ਕਿ ਕਿਤੇ ਕੁਝ ਲੋਕ ਆਪਸ ਦੇ ਵਿੱਚ ਲੜਾਈ ਝਗੜਾ ਕਰ ਰਹੇ ਨੇ, ਅਤੇ ਜਦੋਂ SHO ਅਮਨਜੋਤ ਕੌਰ ਉੱਥੇ ਆਪਣੀ ਟੀਮ ਦੇ ਨਾਲ ਪਹੁੰਚਦੀ ਆ ਤਾਂ ਉਹ ਲੋਕ ਜੋ ਨਸ਼ੇ ਦੀ ਹਾਲਤ ਵਿੱਚ ਦੱਸੇ ਗਏ ਨੇ ਉਹ ਪੂਰੀ ਪਾਰਟੀ ਦੇ ਉੱਤੇ ਹਮਲਾ ਕਰ ਦਿੰਦੇ ਨੇ, ਪੁਲਿਸ ਪਾਰਟੀ ਨੂੰ ਨਿਸ਼ਾਨਾ ਬਣਾਉਂਦੇ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ, ਅਤੇ ਨੁਕਸਾਨ ਕਾਫੀ ਹੋਇਆ। ਹਾਲਾਂਕਿ ਬਚਾਅ ਹੋ ਗਿਆ ਅਤੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਅਮਨਜੋਤ ਕੌਰ ਦਾ ਓਪਰੇਸ਼ਨ ਵੀ ਕੀਤਾ ਜਾ ਰਿਹਾ ਹੈ, ਅਤੇ ਅਸੀਂ ਇਹੀ ਕਰਦੇ ਹੁੰਦੇ ਹਾਂ ਪਰਮਾਤਮਾ ਤੋਂ ਉਮੀਦ ਕਿ ਅਤੇ ਅਰਦਾਸ ਕਰਦੇ ਹੁੰਦੇ ਹਾਂ ਕਿ ਕੋਈ ਵੀ ਅਜਿਹਾ ਹਾਦਸਾ ਵਾਪਰੇ ਤਾਂ ਜਾਨ ਨਹੀਂ ਜਾਣੀ ਚਾਹੀਦੀ। ਜੀ ਤਾਂ ਕੁੱਲ ਮਿਲਾ ਕੇ ਅਮਨਜੋਤ ਕੌਰ ਦੇ ਉੱਤੇ ਹਮਲਾ ਹੋਇਆ, ਅਮਨਜੋਤ ਕੌਰ ਦੀ ਜਿਹੜੀ ਸਥਿਤੀ ਹੈ ਉਹ ਨਾਜ਼ੁਕ ਬਣੀ ਹੋਈ ਹੈ। ਸਿਰ ਦੇ ਉੱਤੇ ਵੀ ਕਹਿੰਦੇ ਕਈ ਵਾਰ ਕੀਤੇ ਗਏ ਨੇ, ਇੱਕ ਕੰਨ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਜਦੋਂ ਅਚਾਨਕ ਹਮਲਾ ਕਰ ਦਿੱਤਾ ਗਿਆ। ਵੱਡਾ ਸਵਾਲ ਇਹ ਹੈ ਕਿ SHO ਮੇਲ ਹੋਵੇ, ਵੱਖਰੀ ਗੱਲ ਹੈ ਕਿ ਉਹਦੇ ਨਾਲ ਕਿਸੇ ਦੀ ਆਪਸੀ ਰੰਜਿਸ਼ ਹੋ ਸਕਦੀ ਹੈ ਜਾਂ ਕੋਈ ਕਿਤੇ ਖਹਿਬਾਜ਼ੀ ਹੋ ਸਕਦੀ ਹੈ। ਬਿਲਕੁਲ। ਪਰ ਇਹ ਲੋਕ ਇੰਨੀ ਕੁ ਮਰਿਆਦਾ ਭੁੱਲ ਗਏ ਕਿ ਉਹ SHO ਇੱਕ ਲੇਡੀ ਹੈ। ਜੀ ਮਤਲਬ ਇਹ ਤੋਂ ਪਤਾ ਲੱਗਦਾ ਕਿ ਅਸੀਂ ਕਿੰਨੀ ਕੁ ਪੁਲਿਸ ਦੀ ਜਿਹੜੀ ਵਰਦੀ ਆ ਉਹਦੀ ਕਦਰ ਕਰਦੇ ਹਾਂ, ਕਿੰਨਾ ਕੁ ਅਸੀਂ ਪੁਲਿਸ ਤੋਂ ਡਰਦੇ ਹਾਂ, ਕਿੰਨਾ ਕੁ ਅਸੀਂ ਔਰਤਾਂ ਦੀ ਇੱਜ਼ਤ ਕਰਦੇ ਹਾਂ। ਪਰ ਨਾਲ ਦੀ ਨਾਲ ਇਹ ਵੀ ਹੈ ਕਿ ਜਿਹੜੇ ਲੋਕ ਨਸ਼ੇ ਦੀ ਹਾਲਤ ਦੇ ਵਿੱਚ ਨੇ, ਹਾਲਾਂਕਿ ਉਹ ਉਦੋਂ ਆਪਣੇ ਆਪ ਨੂੰ ਕਾਬੂ ਦੇ ਵਿੱਚ ਨਹੀਂ ਰੱਖ ਸਕਦੇ, ਪਰ ਪੁਲਿਸ ਦੇ ਉੱਤੇ ਹਮਲਾ ਕਰਨ ਪਿੱਛੇ ਕੀ ਕਾਰਨ ਹੋ ਸਕਦੇ ਨੇ? ਕੀ SHO ਨੇ ਜਾ ਕੇ ਕੋਈ ਜ਼ਿਆਦਾ ਉੱਚੀ ਆਵਾਜ਼ ਦੇ ਵਿੱਚ ਗੱਲ ਕੀਤੀ ਜਾਂ ਫਿਰ ਪੁਲਿਸ ਪਾਰਟੀ ਨੇ ਜਾ ਕੇ ਵਿੱਚ ਕੋਈ ਆਪ ਆਪਣਾ ਦਖਲ ਦਿੱਤਾ ਤਾਂ ਇਹ ਜਿਹੜੇ ਉੱਥੇ ਵਿਗੜੇ ਹੋਏ ਲੋਕ ਨੇ ਉਹਨਾਂ ਨੇ ਹਮਲਾ ਕਰ ਦਿੱਤਾ? ਜੀ ਫਿਲਹਾਲ ਇਲਾਜ ਚੱਲ ਰਿਹਾ ਹੈ ਅਤੇ ਇਹਦੇ ਉੱਤੇ ਹਾਲ ਦੀ ਘੜੀ ਕੋਈ ਅਜਿਹੀ ਟਿੱਪਣੀ ਨਹੀਂ ਆਈ ਜਿਹਦੇ ਵਿੱਚ ਕਿਸੇ ਅਫਸਰ ਨੇ ਜਾਂ ਕਿਸੇ ਆਲਾ ਅਧਿਕਾਰੀ ਨੇ ਗੱਲ ਕੀਤੀ ਹੋਵੇ ਵੀ ਕਿਹਾ ਹੋਵੇ ਵੀ ਅਸੀਂ ਇਹਦੇ ਉੱਤੇ ਕਾਰਵਾਈ ਕਰਾਂਗੇ। ਜੀ ਫਿਲਹਾਲ ਬਾਈ ਨੇਮ ਦੀ ਬਜਾਏ ਅਣਪਛਾਤੇ ਜਿਹੜੇ ਹੁੰਦੇ ਨੇ ਉਹਨਾਂ ਦੇ ਉੱਤੇ ਪਰਚੇ ਪੁਰਚੇ ਦਰਜ ਹੋ ਜਾਂਦੇ ਨੇ। ਜੀ ਪਰ ਸਵਾਲ ਇਹ ਹੈ ਕਿ ਅਸੀਂ
ਔਰਤਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਆ ਵੱਡੀ ਗਿਣਤੀ ਦੇ ਵਿੱਚ। ਪਿੱਛੇ ਜਦੋਂ SHO ਦੀਆਂ ਸਬ ਇੰਸਪੈਕਟਰ ਦੀਆਂ ਭਰਤੀਆਂ ਹੋਈਆਂ ਤਾਂ ਕੁੜੀਆਂ ਬਹੁਤ ਅੱਗੇ ਆਈਆਂ ਸੀਗੀਆਂ। ਬਿਲਕੁਲ। ਤੇ ਕਈ ਥਾਣੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ SHO ਤੇ ਸਬ ਇੰਸਪੈਕਟਰ ਤੋਂ ਲੈ ਕੇ SI ਸਾਰੇ ਰੈਂਕ ਨੇ ਜਿਹੜੇ ਉਹ ਕੁੜੀਆਂ ਕੋਲ ਨੇ। ਕਿਸੇ ਵੀ ਤੁਸੀਂ ਨਾਕੇ ਤੇ ਚਲੇ ਜਾਓ ਉੱਥੇ ਤੁਹਾਨੂੰ ਜਿਹੜਾ ਸਪੈਸ਼ਲ ਨਾਕਾ ਆਊਗਾ ਉੱਥੇ ਲੇਡੀ ਪੁਲਿਸ ਵੀ ਖੜੀ ਹੋਈ ਨਜ਼ਰ ਆਊਗੀ, ਕਿਉਂਕਿ ਲੋਕਾਂ ਦੀ ਸਹੂਲਤ ਵਾਸਤੇ ਆ ਜੀ। ਪਰ ਲੋਕਾਂ ਦੇ ਮਨਾਂ ਦੇ ਵਿੱਚੋਂ ਵੀ ਸਿਮਰਨ ਥੋੜਾ ਜਿਹਾ ਡਰ ਨਿਕਲਣਾ ਚਾਹੀਦਾ ਪੁਲਿਸ ਦਾ। ਅਸੀਂ ਲੋਕ ਜੇਕਰ ਕੋਈ ਆਮ ਗੱਲਬਾਤ ਹੋ ਜੇ, ਕੋਈ ਸਾਨੂੰ ਸਹਾਇਤਾ ਚਾਹੀਦੀ ਹੋਵੇ, ਤਾਂ ਬੰਦਾ ਥੋੜੀ ਜਿਹੀ ਕੰਨੀ ਵੱਟ ਜਾਂਦਾ ਪੁਲਿਸ ਕੋਲ ਜਾਣ ਲਈ ਵੀ ਯਾਰ ਛੱਡੋ ਪਰੇ ਥਾਣੇ ਤੇ ਆਪਾਂ ਜਾ ਕੇ ਕੀ ਕਰਨਾ। ਜਦਕਿ ਇਹ ਹੋਣਾ ਚਾਹੀਦਾ ਵੀ ਥਾਣੇ ਬੰਦਾ ਜਾਵੇ, ਕਿਉਂਕਿ ਪੁਲਿਸ ਵਾਲੇ ਵੀ ਲੋਕ ਸੇਵਕ ਨੇ, ਸਰਕਾਰ ਦੇ ਨੁਮਾਇੰਦੇ ਨੇ, ਸਰਕਾਰ ਤੋਂ ਤਨਖਾਹ ਲੈਂਦੇ ਨੇ, ਲੋਕਾਂ ਦੀ ਮਦਦ ਵਾਸਤੇ ਲੈਂਦੇ ਨੇ। ਪਰ ਕਈ ਜਿਹੜੇ ਹੁੰਦੇ ਨੇ, ਸਾਰੇ ਨਹੀਂ, ਉਹਨਾਂ ਨੇ ਇਹੋ ਜਿਹਾ ਆਪਣਾ ਗ੍ਰਾਫ ਬਣਾਇਆ ਹੁੰਦਾ ਜਾਂ ਫਿਰ ਅਜਿਹੇ ਕਾਰਨਾਮੇ ਕੀਤੇ ਹੁੰਦੇ ਨੇ ਰਿਸ਼ਵਤਖੋਰੀ ਤੋਂ ਲੈ ਕੇ, ਜਾਂ ਫਿਰ ਇੱਕ ਡਰ ਹੁੰਦਾ ਵੀ ਔਰ ਫਲਾਣਾ SHO ਆ ਉਹ ਤਾਂ ਬਿਨਾਂ ਲਏ ਦੇ ਗੱਲ ਹੀ ਨਹੀਂ ਕਰਦਾ ਜੀ, ਜਾਂ ਫਿਰ ਕਿਤੇ ਕਿਸੇ ਦੀ ਸੁਣਵਾਈ ਨਹੀਂ ਹੁੰਦੀ। ਤਾਂ ਇਸ ਕਰਕੇ ਪੁਲਿਸ ਦੀ ਜਿਹੜੀ ਸਾਖ ਆ ਉਹਦੇ ਉੱਤੇ ਸਵਾਲ ਖੜੇ ਹੋ ਜਾਂਦੇ ਨੇ। DGP ਸਾਹਿਬ ਨੂੰ ਚਾਹੀਦਾ ਹੈ, ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਅਜਿਹੇ ਪੁਲਿਸ ਵਾਲਿਆਂ ਨੂੰ ਠੱਲ ਪਾਉਣ, ਅਤੇ ਜੇਕਰ SHO ਅਮਨਜੋਤ ਕੌਰ ਦੀ ਗਲਤੀ ਹੈ ਇਸ ਮਾਮਲੇ ਦੇ ਵਿੱਚ, ਹਮਲੇ ਵਾਲੇ 'ਚ, ਤਾਂ ਉਹਦੇ ਤੋਂ ਵੀ ਚੰਗੀ ਤਰ੍ਹਾਂ ਪੁੱਛਗਿੱਛ ਕਰਨੀ ਚਾਹੀਦੀ ਹੈ ਕਿ ਇਹ ਕਾਰਨ ਕੀ ਹੋਇਆ ਸੀ, ਨਾਲ ਜਿਹੜੇ ਉਹਦੇ ਪੁਲਿਸ ਵਾਲੇ ਸੀ ਉਹਨਾਂ ਦੇ ਬਿਆਨ ਵੀ ਦਰਜ ਹੋਣਗੇ ਕਿ ਕੀ ਕਾਰਨ ਰਹੇ ਕਿ ਉਹਨਾਂ ਵਿਅਕਤੀਆਂ ਨੇ SHO ਨੂੰ ਵੀ ਨਹੀਂ ਬਖਸ਼ਿਆ ਜੀ। ਤਾਂ ਕੁੱਲ ਮਿਲਾ ਕੇ ਹੁਣ ਜਾਂਚ ਚੱਲ ਰਹੀ ਹੈ, ਜਾਂਚ ਤੋਂ ਬਾਅਦ ਦੇ ਵਿੱਚ ਕੋਈ ਨਾ ਕੋਈ ਅਪਡੇਟ ਜ਼ਰੂਰ ਆਊਗੀ। ਫਿਲਹਾਲ ਦੀ ਘੜੀ ਹਾਲਤ ਆ ਜਿਹੜੀ ਉਹ ਕਾਫੀ ਨਾਜ਼ੁਕ ਬਣੀ ਹੋਈ ਹੈ। SHO ਅਮਨਜੋਤ ਕੌਰ ਦੀ ਹਸਪਤਾਲ ਦੇ ਵਿੱਚ ਦਾਖਲ ਨੇ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਕਿਹਦੇ ਤੇ ਜ਼ਬਰ, ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ, ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।